पठानकोट के गुगरा बेड़िया रोड पर लोडेड गाड़ियां बंद करवाने को लेकर नेशनल हाईवे रोड जाम कर दिया गया। इस मौके पर पूर्व विधायक दिनेश सिंह बब्बू, भाजपा पार्षद राजकुमार गुप्ता, पार्षद ऋतु बाला के पति अमरीक ने बताया कि उक्त रोड पर लोडेड गाड़ियां गुजरने के चलते रोड खस्ता हो चुका है। उन्होंने बताया कि 14 अगस्त की रात को भी जहां पर लोडेड गाड़ियों का जाम लग गया था, जिस पर उन्होंने जाम खुलवाया था। ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਕਾਰਨ ਹੈ ਇਹਦਾ? ਇੱਕ ਤਾਂ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓ ਦਿਨੇਸ਼ ਸਿੰਘ ਬੱਬੂ ਜੀ ਦੀ ਰਹਿਨੁਮਾਈ 'ਚ, ਸਾਡੇ ਮੰਡਲ ਦੇ ਪ੍ਰਧਾਨ ਰੂਪਲਾਲ ਜੀ ਉਹਨਾਂ ਰਹਿਨੁਮਾਈ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਹਾਂ। ਇੱਕ ਤਾਂ ਟੋਟਲੀ ਮਾਈਨਿੰਗ ਹੈ ਜਿਹੜੀ ਬੰਦ ਆ, ਬਰਸਾਤ ਦੇ ਸੀਜ਼ਨ ਕਰਕੇ ਟੋਟਲੀ ਬੰਦ ਆ, ਪਰ ਫਿਰ ਵੀ ਹਜ਼ਾਰਾਂ ਤਾਦਾਦ ਦੇ ਵਿੱਚ ਇੱਥੋਂ ਜਿਹੜੇ ਟਰੱਕ ਰਾਤ ਲੰਘਦੇ ਨੇ ਲੀਗਲੀ ਤੌਰ ਦੇ ਉੱਪਰ। ਇਹ ਪੁਲ ਹੈ ਇੱਕ ਡੀ ਸੀ ਸਾਹਿਬ ਦੇ ਹੁਕਮ ਅਨੁਸਾਰ, ਉਸ ਪੁਲ ਦੇ ਉੱਪਰੋਂ ਹੈਵੀ ਵਾਹਨ ਨਹੀਂ ਗੁਜ਼ਰ ਸਕਦੇ, ਜਦਕਿ ਡੀ ਸੀ ਸਾਹਿਬ ਨੇ ਲਿਖ ਕੇ ਲਾਇਆ ਦਾ, ਪਰ ਫਿਰ ਵੀ ਉੱਥੋਂ ਗੁਜ਼ਰ ਦੇਣਾ ਪ੍ਰਸ਼ਾਸਨ ਦੇ ਬਾਰੇ ਕੀ ਕਹਿਣਾ ਸਾਰੇ। 14 ਤਰੀਕ ਦੀ ਰਾਤ ਨੂੰ ਸਾਡੇ ਪਿੰਡ ਵਾਲੇ ਰੋਡ ਬੰਦ ਕੀਤੇ ਦਾ ਜੀ। ਇੱਥੋਂ ਕਾਫੀ ਓਵਰਲੋਡ ਟਰੱਕ ਜਾਂਦੇ ਆ, ਕਾਫੀ ਜ਼ਿਆਦਾ ਓਵਰਲੋਡ ਜਿਹੜੇ ਟਰੱਕ ਇੱਥੋਂ ਨਿਕਲਦੇ ਆ, ਜਿਸ ਕਾਰਨ ਸਾਡੇ ਪਿੰਡ ਵਾਲੇ ਰੋਡ ਬੰਦ ਕੀਤੇ ਦਾ ਜੀ। ਕਿਉਂਕਿ ਇਹ ਸਾਡਾ ਰੋਡ ਸਿਰਫ 30 ਟਨ ਤੱਕ ਪਾਸ ਹੈ, 30 ਟਨ ਤੱਕ ਪਾਸ ਆ। ਇੱਥੋਂ 100-100 ਟਨ ਲੋਕ ਟਰਾਲਿਆਂ 'ਤੇ ਲੈ ਕੇ ਲੰਘਦੇ ਆ, ਜਿਸ ਕਾਰਨ ਸਾਡੇ ਪਿੰਡ ਨੇ ਇਸ ਚੀਜ਼ ਦਾ ਵਿਰੋਧ ਕੀਤਾ ਆ। ਜਿਸ ਵਿਰੋਧ ਦੇ ਵਿੱਚ ਮੈਂ ਵੀ ਆ ਕੇ ਪਿੰਡ ਵਾਲਿਆਂ ਨੂੰ ਸ਼ਾਂਤ ਕਰਕੇ ਰਾਤੀ 11:30 ਸਾਰੇ ਪਿੰਡ ਵਾਲੇ ਘਰ ਨੂੰ ਭੇਜ ਦਿੱਤੇ ਆ। ਇਹਦੇ ਬਾਅਦ ਨਿਰਮਲ ASI ਆਇਆ, ਨਿਰਮਲ ASI ਨਾਲ ਉਹਨੇ 10-12 ਬੌਂਸਰ ਲਏ ਦੇ ਬਾਬਾ ਟਰਾਂਸਪੋਰਟ ਦੀ। ਬਾਬਾ ਟਰਾਂਸਪੋਰਟ ਜੀ ਨਾਲ 10-12 ਬੌਂਸਰ ਲਏ ਦੇ ਸੀ। ਮੰਤਰੀ ਨੇ ਹੀ ਉਸ ਦਿਨ ਰਸਤਾ ਖਲਵਾਇਆ, ਜਿਹੜਾ ਨਾ ਜਿਹੜਾ ਰੇਲਵੇ ਵੀ ਕੋਈ ਮੁਸ਼ਕਿਲ ਨਾ ਆਏ, ਔਰ ਨਾ ਹੀ ਕੋਈ ਆਪਣੇ MC ਤੋਂ ਕਿਸੇ ਨੂੰ ਕੋਈ ਤੰਗ ਕਰੇਗਾ। ਬਾਕੀ ਜਿਹੜੇ ਕੋਈ ਬੌਂਸਰ ਲਿਆ ਕੇ ਮਾਈਨਿੰਗ ਵਾਲੇ ਇੱਥੇ ਲਿਆਉਂਦੇ ਨਾ ਜੀ, ਆਪਾਂ ਉਹਨਾਂ ਦੇ ਬੌਂਸਰ ਵੀ ਦੇਖ ਲੈਣੇ, ਔਰ ਬਰਦਾਸ਼ਤ ਕਰਨਾ ਬੜਾ ਟਾਈਮ ਸੀ। ਇੱਕ 15-20 ਦਿਨ ਦਿੱਤੇ ਪੁਲਿਸ ਨੂੰ ਵੀ, SFC ਸਾਹਿਬ ਨੂੰ ਮਿਲੇ, ਸਾਰੇ MC ਦਾ ਬਾਅਦ ਉਹਦੇ ਬਾਅਦ ਵੀ ਕੋਈ